ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਾਈਟ ਦਾ ਬਈ ਕਿਹੜੇ ਕਿਹੜੇ ਏਰੀਏ 'ਚ ਬੁਰਾ ਹਾਲ ਆ? ਮਾਨਸਾ ਬੁਢਲਾਡਾ ਤਾਂ ਬਈ ਯਾਰ ਬਹੁਤ ਜ਼ਿਆਦਾ ਬੁਰਾ ਹਾਲ ਆ। ਪਹਿਲਾਂ ਸਰਕਾਰ ਕਹਿ ਦਿੰਦੀ ਆ ਪਛੇਤੇ ਝੋਨੇ ਲਾਓ, ਪਾਣੀ ਬੱਚਤ ਹੋਊ, ਪਾਣੀ ਡੂੰਘੇ ਹੋਈ ਜਾਂਦੇ ਆ। ਪਾਣੀ ਡੂੰਘੇ ਕੀ ਕਰਨਗੇ ਬਈ ਯਾਰ, ਹੁਣ ਪਛੇਤਾ ਝੋਨਾ ਲਾਉਂਦੇ ਸੀ, ਵਾਰ ਇੱਥੇ ਪਛੇਤਾ ਲਾਇਆ ਸੀਗਾ ਵੀ ਅਸੀਂ ਵੀ ਚੱਲ 100 ਦਿਨ ਪਾਣੀ ਡੂੰਘੇ ਵਿੱਚ ਚੱਲੀ। ਜ਼ਿਆਦਾਤਰ ਅਸੀਂ ਯਾਰ 5 ਜੁਲਾਈ ਤੋਂ ਬਾਅਦ ਹੀ ਲਾਉਂਦੇ, 1 ਜੁਲਾਈ ਤੋਂ ਬਾਅਦ ਹੀ ਝੋਨਾ ਲਾਉਂਦੇ ਨੇ। ਇੱਥੇ ਅਸੀਂ 10 ਤੋਂ ਵੀ ਪਲੱਸ ਹੀ ਹੋ ਗਏ ਝੋਨਾ ਸੀ। ਉਸ ਤਾਂ ਬਾਸਮਤੀ ਲਾ 17-18 ਅਤੇ ਕੁਛ 744 ਸੀ। ਲਾਈਟ ਦਾ ਇੰਨਾ ਕੁ ਮੰਦਾ ਹਾਲ ਆ ਬਈ ਯਾਰ, ਸ਼ਾਮ ਤਾਈਂ 4 ਜਾਂ 5 ਘੰਟੇ ਲਾਈਟ ਚੱਲਦੀ ਆ, ਉਹ 'ਚੋਂ ਵੀ ਕੱਟ ਲੱਗ ਜਾਂਦੇ। ਮਤਲਬ ਜਦੋਂ ਕੱਟ ਲੱਗ ਗਿਆ ਮਤਲਬ ਕੋਈ ਅੱਧਾ ਕਿੱਲਾ ਜਾਂ ਕਿੱਲਾ ਵਹੀ ਕਹਿਰਾ ਜਾ ਵੜਿਆ, ਅਤੇ ਉਹ ਤੁਹਾਨੂੰ ਜਦੋਂ ਦੁਬਾਰੇ ਲਾਈਟ ਆਉਂਦੀ ਉਦੋਂ ਉਹ ਸੁੱਕ ਜਾਂਦਾ ਯਾਰ, ਨਾ ਤਾਂ ਕੋਈ ਕੱਖਾਂ ਨਹੀਂ ਹੁਣ। ਆਹ ਝੋਨਾ ਲਾਇਆ ਜੇ ਹਜੇ ਤਾਈਂ ਕੱਖਾਂ ਦੀ ਦਵਾਈ ਨਹੀਂ ਡਿੱਗੀ, 4 ਦਿਨ ਝੋਨੇ ਲੱਗੇ ਨੂੰ ਹੋ ਗਏ, ਉਦੋਂ ਨੂੰ ਇਹ 'ਚ ਕੱਖ ਹੋ ਜਾਣਗੇ, ਬੰਦਾ ਪਾਣੀ ਕਿੱਥੋਂ ਪੂਰਾ ਕਰੂ। ਲਾਈਟ ਦਾ ਇੰਨਾ ਕੁ ਮੰਦਾ ਹਾਲ ਹੈਗਾ, ਹੁਣ ਇਹ ਝੋਨਾ ਨਾ ਤਾਂ ਇਹ 'ਚ ਕੱਖਾਂ ਲਈ ਦਵਾਈ ਡਿੱਗਣੀ, ਕੱਖ ਉੱਤੋਂ ਦੀ ਪੈ ਜਾਣਗੇ ਉਦੋਂ ਨੂੰ, ਅਤੇ ਨਾ ਇਹ ਵਿਚਾਰਾ ਕਿਵੇਂ ਚੱਲੂ ਜੇ ਸ਼ਾਮ ਨੂੰ 1 ਕਿੱਲਾ ਬਾਂਹਦਾ ਭਰਦਾ ਹੈਗਾ, ਅਤੇ ਜਿਹੜੇ ਕਿੱਲੇ ਨੂੰ ਪਾਣੀ ਦੀ ਇੱਕ ਵਾਰੀ ਪਾਣੀ ਲੱਗ ਗਿਆ, ਦੁਬਾਰੇ ਉਹਨੂੰ 6ਵੇਂ, 7ਵੇਂ, 8ਵੇਂ ਦਿਨ ਕਿਤੇ ਵਾਰੀ ਆਊਗੀ। ਐਂ ਤਾਂ ਬਈ ਝੋਨਾ ਹੋਣਾ ਨਹੀਂ, ਇੱਥੇ ਤਾਂ ਬਹੁਤ ਮੰਦੇ ਹਾਲ ਹੈ, ਕਮੀ ਨਹੀਂ ਪੈ ਰਹੇ ਵੀ ਜਿੰਨੀ ਲਾਈਟ ਦੇਣੀ ਆ ਯਾਰ, 5, 6, 7, 8 ਘੰਟੇ ਲਗਾਤਾਰ ਤਾਂ ਜਦੋਂ ਕੱਟ ਲਾਈ ਜਾਂਦੇ ਆ, 5 ਘੰਟੇ 4 ਘੰਟੇ ਲਾਈਟ ਦੇ ਕੇ ਕੱਟ ਲਾਈ ਜਾਂਦੇ ਆ, ਬੁਰਾ ਹਾਲ ਕਰ ਰੱਖਿਆ ਬਈ। ਹੁਣ ਬੰਦਾ ਸਰਕਾਰਾਂ ਨੂੰ ਮਾੜਾ ਕਹੇ, ਕਿਹਨੂੰ ਮਾੜਾ ਕਹੇ? ਜੇ ਸਰਕਾਰ ਨੂੰ ਮਾੜਾ ਕਹਿੰਦੇ ਆ ਫਿਰ ਦੂਜੀ ਅਗਲਾ ਕਹਿੰਦਾ ਯਾਰ ਆਮ ਪਾਰਟੀ ਨੂੰ ਨੰਦਰਿਆ, ਵੋਟਾਂ ਅਸੀਂ ਵੀ ਆਮ ਆਦਮੀ ਪਾਰਟੀ ਨੂੰ ਪਾਈਆਂ ਨੇ, ਪਰ ਐਤੀ ਯਾਰ ਸਰਕਾਰ ਦੇ ਸਾਰੇ ਆ ਪਤਾ ਨਹੀਂ ਸਾਰੇ, ਪਰ ਬੁਰਾ ਹਾਲ ਬਹੁਤ ਕਰ ਰੱਖਿਆ ਬਈ। ਲਾਈਟ ਦਾ ਇੰਨਾ ਕੁ ਮੰਦਾ ਹਾਲ ਹੈ ਨਾ, ਦੱਸ ਹੀ ਨਹੀਂ ਸਕਦੇ। ਕਿੱਲਾ ਬਾਂਹਦਾ ਮਸਾਂ ਭਰਦੀਆਂ ਨੇ, ਕਿਉਂ ਉਹ 'ਚੋਂ ਕੱਟ ਲੱਗ ਜਾਂਦਾ ਬਈ, ਜੇ ਹੁਣ 1.5 ਘੰਟੇ ਦਾ ਵਿੱਚੋਂ ਕੱਟ ਲੱਗ ਗਿਆ ਕਿੱਥੇ ਭਰੂ, ਉਹਨੂੰ ਦੁਬਾਰੇ ਭਰਨਾ ਪੈ ਜਾਂਦਾ। ਜਿਹੜੇ ਸੋਰੀ ਪਹਿਲਾਂ ਝੋਨੇ ਲਾ ਗਏ, ਤੂੰ 20 ਦਿਨ ਮਹੀਨਾ ਪਹਿਲਾਂ ਝੋਨੇ ਲਾ ਗਏ, ਉਹ ਝੋਨੇ ਬੂਟਾ ਮਾਰੀ ਖੜ੍ਹੇ ਉਹਨੂੰ ਚੈਰੀ ਵੇ, ਹੁਣ ਉਹ ਝੋਨਾ ਗਾ, ਉਹ ਝੋਨਾ ਲੱਗਣ ਨੂੰ 20-25 ਦਿਨ ਹੋ ਗਏ, ਵਧੀਆ ਬੂਟਾ ਮਾਰੀ ਖੜ੍ਹਾ, ਉਹਨੂੰ ਹਫ਼ਤਾ ਨਾ ਪਵੇ, 10 ਦਿਨ ਨਾ ਪਾਣੀ ਪਵੇ, ਡੰਗ ਲੈ ਜੂਗਾ। ਹੁਣ ਕਿੱਥੇ ਵਿਚਾਰਾ ਝੋਨਾ ਇਹ, ਜੇ ਕੱਖਾਂ ਲਈ ਦਵਾਈ ਨਹੀਂ ਡਿੱਗੀ, 4-5 ਦਿਨ ਹੋ ਗਏ ਝੋਨਾ ਲੱਗੇ ਨੂੰ, ਲੈ ਕੱਖ ਨਿਕਲਦੇ ਵੀ ਆਉਂਦੇ ਆ, ਚਲੋ ਹੁਣ ਸੁੱਕੇ ਹੀ ਪਿਆ ਕੱਦੂ ਬਾਅਦ ਵਿਚਾਰੇ 'ਚ, ਨਾ ਕੋਈ ਦਵਾਈ ਡਿੱਗੀ ਨਾ ਕੁਛ ਹੋਰ ਡਿੱਗਿਆ, ਹੁਣ ਇਹ ਕਿੱਥੋਂ ਝੋਨਾ ਚੱਲ ਪਊ, ਕਿੱਥੋਂ ਕਾਮਯਾਬ ਹੋਊ, ਹੁਣ ਕੱਖਾਂ ਲਈ ਦਵਾਈ ਡਿੱਗੀ 'ਚ ਕਰੂਗੀ? ਇੰਨਾ ਕੁ ਬੁਰਾ ਹਾਲ ਕਰ ਰੱਖਿਆ ਨਾ ਲਾਈਟ ਨੇ ਬਈ, ਮਾਨਸਾ ਬੁਢਲਾਡਾ ਏਰੀਏ ਦੱਸ ਹੀ ਨਹੀਂ ਸਕਦੇ। ਹੋਰ ਕਿਹੜੇ ਕਿਹੜੇ ਏਰੀਏ 'ਚ ਲਾਈਟ ਦਾ ਬੁਰਾ ਹਾਲ ਆ ਮੋਟਰਾਂ ਵਾਲੀ ਦਾ, ਦੱਸਿਓ ਬਈ। ਬਾਕੀ ਯਾਰ ਮੈਂ ਕਹਿੰਦਾ ਝੋਨਾ ਗੇਤੇ ਹੀ ਲਾਵੇ, ਨਾ ਸਰਕਾਰਾਂ ਪਿੱਛੇ ਲੱਗੇ, ਹੁੰਦਾ ਡੂੰਘਾ ਪਾਣੀ ਹੋ ਜਾਣ ਦੇ, ਜਾਂ ਤਾਂ ਝੋਨਾ ਜਮ੍ਹਾਂ ਲੱਗਣਾ ਬੰਦ ਹੋ ਜਾਵੇ ਜੇ ਝੋਨਾ ਲੱਗਦਾ। ਪਹਿਲਾਂ ਤਾਂ ਉਦੋਂ ਜਦੋਂ ਕੱਦੂ ਦਾ ਟਾਈਮ ਹੁੰਦਾ ਝੋਨੇ ਦਾ, 20 ਤਰੀਕ ਦਿੰਦੇ ਆ 15, ਉਦੋਂ ਤਾਂ ਦਾਇਰਾ ਲਾਈਟ ਛੱਡੀ ਰੱਖਦੇ ਆ, ਕੱਦੂ ਦਾ ਟਾਈਮ ਆ, ਲਾਈਟ ਵਧੀਆ ਦਿੰਦੀ ਆ ਸਰਕਾਰ। ਫਿਰ ਯਾਰ ਕੱਦੂ ਦਾ ਟਾਈਮ ਤਾਂ ਹੁਣ ਵੀ ਜਿਹੜੇ ਪਛੇਤਾ ਲਾਉਂਦੇ ਉਹ ਕੀ ਕਰਨ, ਉਹਦੇ ਤਾਂ ਪਛੇਤਾ ਲਾਇਆ ਝੋਨਾ ਸਾਰਾ ਖਰਾਬ ਹੋਈ ਜਾਂਦਾ, ਜਿਨ੍ਹਾਂ ਨੇ ਗੇਤਾ ਲਾ ਰੱਖਿਆ ਤੂੰ 20 ਮਹੀਨਾ ਹੋ ਗਿਆ ਪਹਿਲਾਂ ਪਾਣੀ ਛੱਡਦਿਆਂ ਨੂੰ, 1 ਮਹੀਨਾ ਹੋ ਗਿਆ ਪਾਣੀ ਬਰਬਾਦ ਹੋਈ ਜਾਂਦੇ ਨੂੰ, ਉਹਨਾਂ ਦੇ ਤਾਂ ਝੋਨੇ ਵਧੀਆ ਚੱਲੀ ਖੜ੍ਹੇ ਆ, ਹੁਣ ਇਹ ਝੋਨੇ ਉਹਨਾਂ ਨੇ ਕਿੱਥੋਂ ਰਲ ਜਾਣਗੇ? ਇਹਨਾਂ ਨੂੰ ਵਿਚਾਰਿਆਂ ਨੂੰ ਪਾਣੀ ਨਹੀਂ ਪੂਰਾ ਆਉਂਦਾ ਬਈ, ਕੀ ਕਰੂਗਾ ਬੰਦਾ? ਪਾਣੀ ਬਿਨਾਂ ਝੋਨਾ ਚੱਲਣਾ ਨਹੀਂ, ਝੋਨਾ ਚੱਲਣ ਦੀ ਤਾਂ ਬਾਅਦ ਦੀ ਗੱਲ ਆ, ਇਹ 'ਚ ਹੁਣ ਕੱਖ ਹੀ ਹੋ ਜਾਣਗੇ ਬਈ, ਕੱਖਾਂ ਦੀ ਦਵਾਈ ਨਹੀਂ ਡਿੱਗੀ, ਇਹਦੇ ਤਾਂ ਕੱਖ ਉਨੇ ਕੱਖ ਹੋ ਜਾਣਗੇ, ਫਿਰ ਉਹਦੇ ਸਪਰੇਹਾਂ ਕਰੀ ਚੱਲਾਂਗੇ, ਫਿਰ ਅਗਲਾ ਕਹਿੰਦਾ ਰਿਹਾ ਸਪਰੇਹਾਂ ਵੱਧ ਪਾਈ ਜਾਂਦਾ, ਕਰੂ ਕੀ, ਬੰਦਾ ਮਰਦਾ, ਖਰਚੇ ਦਾ ਘਰ ਹੋ ਜਾਂਦਾ।